ਤੁਸੀਂ ਦੱਸੋ ਮੈਨੂੰ ਤੁਸੀਂ ਪੱਤਰਕਾਰ ਹੋ ਕਿੱਥੇ ਛੱਡੀਏ ਤੁਸੀਂ ਦੱਸੋ ਤੁਹਾਡੇ ਘਰੇ ਛੱਡ ਦਈਏ ਤੁਹਾਡੇ ਘਰੇ ਛੱਡ ਦਈਏ 5-10 ਪਸ਼ੂ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੈਂ ਤੁਹਾਨੂੰ ਰਿਕੁਐਸਟ ਕਰ ਚੁੱਕਿਆ 4 ਵਾਰ ਵੀ ਅਸੀਂ ਕਿੱਥੇ ਛੱਡੀਏ ਸਾਰੀ ਗਊਸ਼ਾਲਾਵਾਂ ਫੁੱਲ ਹੈ ਬਠਿੰਡਾ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਦੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਸੰਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਲੋਕਾਂ ਨੇ ਕੀਤੀ ਉਹਨਾਂ ਦੇ ਅਸਤੀਫੇ ਦੀ ਮੰਗ ਦੱਸ ਦਈਏ ਕਿ ਬਠਿੰਡਾ ਸ਼ਹਿਰ ਦੇ ਅੰਦਰ ਅਵਾਰਾ ਪਸ਼ੂਆਂ ਦੀ ਬਹੁਤ ਜ਼ਿਆਦਾ ਭਰਮਾਰ ਹੈ ਅਤੇ ਇਸ ਤੋਂ ਲੋਕ ਕਾਫੀ ਦੁਖੀ ਹਨ ਜਦ ਇਸ ਸੰਬੰਧੀ ਪੱਤਰਕਾਰਾਂ ਨੇ ਸੀਨੀਅਰ ਡਿਪਟੀ ਮੇਅਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਉਲਟਾ ਇਸ ਗੱਲ ਨੂੰ ਮਜ਼ਾਕ ਦੇ ਵਿੱਚ ਲੈਂਦੇ ਹੋਏ ਆਖਿਆ ਕਿ ਅਸੀਂ ਇਹ ਪਸ਼ੂ ਹੁਣ ਤੁਹਾਡੇ ਘਰਾਂ ਦੇ ਵਿੱਚ 10-10 ਪਸ਼ੂ ਬੰਨ੍ਹ ਦਿੰਦੇ ਹਾਂ ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਅੱਜ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਬਹੁਤ ਹੀ ਹਾਸੋਹੀਣੇ ਬਿਆਨ ਹਨ ਅਤੇ ਇਸ ਤਰ੍ਹਾਂ ਦੇ ਬਿਆਨ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ ਜੇ ਉਹ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਆਪਣੀ ਸੀਟ ਛੱਡ ਦੇਣੀ ਚਾਹੀਦੀ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੁਸੀਂ ਦੱਸੋ ਮੈਨੂੰ ਤੁਸੀਂ ਪੱਤਰਕਾਰ ਹੋ ਕਿੱਥੇ ਛੱਡੀਏ ਤੁਸੀਂ ਦੱਸੋ ਤੁਹਾਡੇ ਘਰੇ ਛੱਡ ਦਈਏ ਤੁਹਾਡੇ ਘਰੇ ਛੱਡ ਦਈਏ 5-10 ਪਸ਼ੂ ਨਹੀਂ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੈਂ ਤੁਹਾਨੂੰ ਰਿਕੁਐਸਟ ਕਰ ਚੁੱਕਿਆ 4 ਵਾਰ ਵੀ ਅਸੀਂ ਕਿੱਥੇ ਛੱਡੀਏ ਸਾਰੀ ਗਊਸ਼ਾਲਾਵਾਂ ਫੁੱਲ ਹੈ ਜੀ ਮੈਂ ਸੋਨੂ ਮਹੇਸ਼ਵਰੀ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਸੀਨੀਅਰ ਡਿਪਟੀ ਮੇਅਰ ਨੇ ਇੱਕ ਬਿਆਨ ਦਿੱਤਾ ਵੀ 10-10 ਗਊਆਂ ਪੱਤਰਕਾਰਾਂ ਦੇ ਘਰੇ ਬੰਦ ਦੇਖੋ ਜੀ ਸਾਨੂੰ ਅਫਸੋਸ ਵੀ ਹੋ ਰਿਹਾ ਹੈ ਅਤੇ ਹਾਸੀ ਵੀ ਆ ਰਹੀ ਹੈ ਹੈਰਾਨੀ ਵੀ ਹੋ ਰਹੀ ਹੈ ਕਿ ਇੱਕ ਸੀਨੀਅਰ ਡਿਪਟੀ ਮੇਅਰ ਇਸ ਲੈਵਲ ਦਾ ਬਿਆਨ ਦੇ ਸਕਦਾ ਹੈਗਾ ਇਹ ਪੱਤਰਕਾਰ ਤਾਂ ਜਿਹੜੇ ਹੁੰਦੇ ਆ ਇਹ ਆਮ ਪਬਲਿਕ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਅਧਿਕਾਰੀ ਹੁੰਦੇ ਆ ਸੰਬੰਧਿਤ ਜਾਂ ਨੇਤਾ ਹੁੰਦੇ ਆ ਉਹਨਾਂ ਕੋਲ ਲੈ ਕੇ ਜਾਂਦੇ ਆ ਸਮੱਸਿਆਵਾਂ ਨੂੰ ਉਸ ਮੁੱਦਿਆਂ ਨੂੰ ਇਹ ਗੱਲ ਇਹ ਪੱਤਰਕਾਰਾਂ ਦੀ ਨਿੱਜੀ ਨਹੀਂ ਹੁੰਦੀ ਕਿਸੇ ਵੀ ਪੱਤਰਕਾਰ ਦਾ ਕੋਈ ਵੀ ਸਵਾਲ ਜਾਂ ਕੋਈ ਵੀ ਮੁੱਦਾ ਨਿੱਜੀ ਨਹੀਂ ਹੁੰਦਾ ਉਹ ਇੱਕ ਪਬਲਿਕ ਦਾ ਮੁੱਦਾ ਹੁੰਦਾ ਇੱਕ ਤਰ੍ਹਾਂ ਦਾ ਉਹਨਾਂ ਨੇ ਸਾਰੀ ਪਬਲਿਕ ਨੂੰ ਕਿਹਾ ਵੀ 4-4 ਜਿਹੜੇ ਪਸ਼ੂ ਹੈਗੇ ਤੁਸੀਂ ਆਪਦੇ ਘਰੇ ਬੰਨ ਲਓ ਵੀ ਮੈਂ ਇਹਦਾ ਕੀ ਹੱਲ ਕਰ ਲਵਾਂ ਫਿਰ ਉਹਨਾਂ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਜੇ ਉਹਨਾਂ ਕੋਲ ਇਸ ਤਰ੍ਹਾਂ ਦੇ ਜਵਾਬ ਹੈਗੇ ਆ ਤਾਂ ਇਹ ਬੜਾ ਹੀ ਮਤਲਬ ਮੰਦਭਾਗੀ ਗੱਲ ਹੈਗੀ ਹੈ ਵੀ ਬਠਿੰਡੇ ਦੀ ਐਡੀ ਵੱਡੀ ਸਮੱਸਿਆ ਹੈਗੀ ਹੈ ਅਤੇ ਐਡੀ ਵੱਡੀ ਪੋਸਟ 'ਤੇ ਬੈਠੇ ਮਤਲਬ ਇੱਕ ਸੀਨੀਅਰ ਡਿਪਟੀ ਮੇਅਰ ਇਹ ਵਾਲੀ ਗੱਲ ਕਹਿ ਰਿਹਾ ਹੈਗਾ ਵੀ ਮੈਂ ਕੀ ਕਰਾਂ ਮੈਂ ਤੁਸੀਂ ਆਪਦੇ ਘਰੇ ਬੰਨ ਲਓ 4-4 ਪਸ਼ੂ ਕਰੋੜਾਂ ਰੁਪਇਆ ਕਾਉਸਸ ਲਿਆ ਜਾਂਦਾ ਹੈਗਾ ਫਿਰ ਵੀ ਇਸ ਤਰ੍ਹਾਂ ਦੇ ਬਿਆਨ ਪਿੱਛੋਂ ਜੀ ਬਿਲਕੁਲ ਦੇਖੋ ਜਿਹੜਾ ਵੀ ਕੁਛ ਇਹ ਅਸੀਂ ਲਗਾਤਾਰ ਅਸੀਂ ਵੀ ਐਨ ਜੀ ਓ ਚਲਾ ਰਹੇ ਹੈਗੇ ਹਾਂ ਸਾਨੂੰ ਵੀ 20 ਸਾਲ ਹੋ ਗਏ ਅਸੀਂ ਵੀ ਬਹੁਤ ਸਾਰੇ ਜਿਹੜੇ ਹੈਗੇ ਸਟ੍ਰੇ ਐਨੀਮਲ ਜਿਹੜੇ ਅਵਾਰਾ ਪਸ਼ੂ ਹੈਗੇ ਉਹ ਫੜ ਫੜ ਕੇ ਗਊਸ਼ਾਲਾ ਦੇ ਵਿੱਚ ਭੇਜੇ ਹੈਗੇ ਆ ਲੇਕਿਨ ਇਹ ਕਰੋੜਾਂ ਰੁਪਈਆ ਜਿਹੜਾ ਹੈਗਾ ਉਸਦੇ ਨਾਮ ਦੇ ਉੱਤੇ ਇਕੱਠਾ ਕਰ ਰਹੇ ਹੈ ਅਤੇ ਉਹ ਚੰਗੀ ਤਰ੍ਹਾਂ ਉਹਦੀ ਵਰਤੋਂ ਨਹੀਂ ਕੀਤੀ ਜਾ ਰਹੀ ਇਹ ਕੋਈ ਬਿਨਾਂ ਪਲਾਨਿੰਗ ਤੋਂ ਕੰਮ ਹੋ ਰਿਹਾ ਪਸ਼ੂਆਂ ਨੂੰ ਫੜੀ ਜਾਂਦੇ ਹੈਗੇ ਆ ਗਊਸ਼ਾਲਾ ਛੱਡੀ ਜਾਂਦੇ ਆ ਪਿੰਡਾਂ ਤੋਂ ਜਾਂ ਹੋਰ ਏਰੀਏ ਦੇ ਵਿੱਚੋਂ ਦੁਬਾਰਾ ਸ਼ਹਿਰ ਦੇ ਵਿੱਚ ਫਿਰ ਇਕੱਠੇ ਹੋ ਜਾਂਦੇ ਹੈਗੇ ਆ ਕਰੋੜਾਂ ਰੁਪਈਆ ਜਿਹੜਾ ਕਾਉਸੈਸ ਲੋਕਾਂ ਦੇ ਉੱਤੇ ਵੀ ਬੋਝ ਪੈ ਰਿਹਾ ਹੈਗਾ ਅਤੇ ਫਿਰ ਵੀ ਜਿਹੜੇ ਉਹਦੇ ਨਤੀਜੇ ਅੱਜ ਉਹੀ ਹੈ ਹਰ ਇੱਕ ਗਲੀ ਦੇ ਵਿੱਚ ਹਰ ਇੱਕ ਮਹੱਲੇ ਦੇ ਵਿੱਚ ਇੰਨੇ ਜ਼ਿਆਦਾ ਪਸ਼ੂ ਹੈ ਹਾਈਵੇ ਰੋਡਾਂ ਦੇ ਉੱਤੇ ਇੰਨੇ ਪਸ਼ੂ ਹੈ ਇੰਨੀ ਜ਼ਿਆਦਾ ਘਟਨਾਵਾਂ ਹੋ ਰਹੀਆਂ ਹੈਗੀਆਂ ਇਹਨਾਂ ਦੀ ਖੁਦ ਬੇਜ਼ੁਬਾਨਾਂ ਦੀ ਵੀ ਦੁਰਦਸ਼ਾ ਹੋ ਰਹੀ ਹੈ ਤਾਂ ਇਹਨਾਂ ਨੂੰ ਕੁਝ ਪਲਾਨਿੰਗ ਨਾਲ ਕੰਮ ਕਰਨਾ ਚਾਹੀਦਾ ਹੈਗਾ ਕਿਸੇ ਕੋਈ ਵੱਡੀ ਕੰਪਨੀ ਨੂੰ ਠੇਕਾ ਦੇਣਾ ਚਾਹੀਦਾ ਕਰੋੜਾਂ ਰੁਪਈਆ ਕਾਉਸੈਸ ਦਾ ਇਕੱਠਾ ਕਰਦੇ ਹੈ ਇਹਨਾਂ ਕੋਲ ਫੰਡ ਵੀ ਪਏ ਹੈਗੇ ਹੈ ਲੇਕਿਨ ਇਸ ਨੂੰ ਮਿਸਯੂਜ਼ ਕਰਨ ਦੀ ਥਾਂ ਦੇ ਉੱਤੇ ਇਹਦੀ ਦੁਰਵਰਤੋਂ ਕਰਨ ਦੀ ਥਾਂ ਦੇ ਉੱਤੇ ਇਸ ਨੂੰ ਕਿਸੇ ਪਲਾਨਿੰਗ ਦੇ ਨਾਲ ਜਿਹੜਾ ਹੈਗਾ ਇਹਨੂੰ ਇਸਤੇਮਾਲ ਕਰਨਾ ਚਾਹੀਦਾ ਪਿੱਛੇ ਜੇ ਲਿੰਪੀ ਸਕਿਨ ਦੀ ਬਿਮਾਰੀ ਆਈ ਸੀ ਗਊਆਂ 'ਤੇ ਉਦੋਂ ਵੀ ਇਹਨਾਂ ਨੇ 1 ਰੁਪਇਆ ਨਹੀਂ ਦਿੱਤਾ ਕਹਿੰਦਾ ਸੀ ਸਿਰਫ ਡਾਇਟਮਨ ਹੀ ਦੇ ਸਕਦੇ ਹਾਂ ਅਸੀਂ ਇਲਾਜ ਵਾਸਤੇ ਨਹੀਂ ਜੀ ਬਿਲਕੁਲ ਜਦੋਂ ਮੀਡੀਆ ਨੇ ਇਹਦਾ ਸਵਾਲ ਕੀਤਾ ਸੀ ਤਾਂ ਇਹ ਕਹਿੰਦੇ ਸੀ ਵੀ ਜਿਹੜੇ ਇਹ ਕਾਉਸੈਸ ਦਾ ਪੈਸਾ ਹੁੰਦਾ ਹੈਗਾ ਵੀ ਇਹ ਅਸੀਂ ਡਾਇਟ ਮਨੀ ਵਾਸਤੇ ਯੂਜ਼ ਕਰ ਸਕਦੇ ਹਾਂ ਜਿਹੜੀ ਗਊਸ਼ਾਲਾ ਦੇ ਵਿੱਚ ਗਊਆਂ ਹੁੰਦੀਆਂ ਉਹਨਾਂ ਵਾਸਤੇ ਅਸੀਂ ਮੰਨਦੇ ਹਾਂ ਠੀਕ ਹੈ ਲੇਕਿਨ ਕੀ ਕਾਰਪੋਰੇਸ਼ਨ ਦੇ ਕੋਲ ਕੋਈ ਹੋਰ ਤਾਕਤ ਨਹੀਂ ਹੈਗੀ ਹੈ ਵੀ ਉਹ ਕਿਤੇ ਹੋਰ ਆਪਦੀ ਕਿਸੇ ਹੋਰ ਆਪਦੇ ਹੱਬ ਦੇ ਵਿੱਚੋਂ ਇਸ ਫੰਡ ਨੂੰ ਯੂਜ਼ ਕਰ ਸਕੇ ਤੁਹਾਡੇ ਸਵਾਲ ਮੀਡੀਆ ਦੇ ਸਵਾਲ ਪੁੱਛੇ ਜਾਣ ਤੋਂ ਬਾਅਦ 2 ਦਿਨਾਂ ਬਾਅਦ ਹੀ 10 ਲੱਖ ਰੁਪਇਆ ਕਿਵੇਂ ਜਾਰੀ ਹੋ ਗਿਆ ਉਸ ਤੋਂ ਬਾਅਦ ਵੀ ਤਾਂ ਲੰਪੀ ਸਕਿਨ ਵਾਸਤੇ ਜਾਰੀ ਕੀਤਾ ਹੈਗਾ ਉਹ ਕਿਹੜਾ ਕੋਈ ਕਾਉਸੈਸ ਵਾਲੇ ਫੰਡ ਦੇ ਵਿੱਚੋਂ ਕੀਤਾ ਹੈਗਾ ਇਹਨਾਂ ਕੋਲ ਆਪਦੇ ਕੋਲ ਬਹੁਤ ਤਰ੍ਹਾਂ ਦੇ ਬਜਟ ਹੁੰਦੇ ਆ ਬਹੁਤ ਸਾਰਾ ਫੰਡ ਹੁੰਦਾ ਇਸਤੇਮਾਲ ਕਰ ਸਕਦੇ ਹੈਗੇ ਆ ਲੇਕਿਨ ਇਹ ਸਿਰਫ ਬੇਤੁਕੇ ਬਿਆਨ ਦੇ ਰਹੇ ਹੈਗੇ ਆ ਐਂ ਲੱਗਦਾ ਹੈਗਾ ਵੀ ਜਿਵੇਂ ਲੋਕ ਹੀ ਖੁਦ ਚਲਾ ਰਹੇ ਹੈਗੇ ਆ ਬਠਿੰਡੇ ਨੂੰ ਨਗਰ ਨਿਗਮ ਦਾ ਸਾਨੂੰ ਕੋਈ ਰੋਲ ਨਹੀਂ ਦਿਖ ਰਿਹਾ ਇਹਦੇ ਵਿੱਚ ਕੰਮ ਇਹ ਨਗਰ ਨਿਗਮ ਕਰ ਰਹੀ ਹੈ ਵੀ ਪਸ਼ੂ ਫੜੇ ਗਊਸ਼ਾਲਾ 'ਚ ਭਰੇ ਗਊਸ਼ਾਲਾ ਦੀ ਵੀ ਥਾਂ ਪੂਰੀ ਕਰਤੀ ਫਿਰ ਪ੍ਰੋਪਰ ਉੱਥੇ ਡਾਇਟ ਮਨੀ ਨਹੀਂ ਪਹੁੰਚਦੀ ਪਸ਼ੂਆਂ ਦੀ ਡੈਥ ਹੋ ਜਾਂਦੀ ਹੈ ਇੱਥੇ ਫਿਰ ਦੁਬਾਰਾ ਪਿੰਡਾਂ ਵਾਲੇ ਪਸ਼ੂ ਛੱਡ ਜਾਂਦੇ ਹੈ ਜਾਂ ਆਪਣੇ ਆਪ ਹੌਲੀ ਹੌਲੀ ਚੱਲਦੇ ਚੱਲਦੇ ਇੱਥੇ ਸ਼ਹਿਰਾਂ ਦੇ ਵਿੱਚ ਇਕੱਠੇ ਹੋ ਜਾਂਦੇ ਕਿਉਂਕਿ ਜਿੱਥੇ ਉਹਨਾਂ ਨੂੰ ਰੋਟੀ ਮਿਲਦੀ ਹੈ ਉੱਥੇ ਉਹ ਸਟੇਅ ਕਰ ਲੈਂਦੇ ਹੈਗੇ ਆ ਅਤੇ ਜਦੋਂ ਇੱਥੇ ਖਾਣ ਪੀਣ ਦੀਆਂ ਚੀਜ਼ਾਂ ਕੂੜੇ ਦੇ ਢੇਰ ਦੇ ਵਿੱਚ ਕੋਈ ਖਾਣ ਦਾ ਸਮਾਨ ਮਿਲਦਾ ਤਾਂ ਵਿਚਾਰੇ ਜਿਹੜੇ ਪਸ਼ੂ ਹੈਗੇ ਆ ਭੁੱਖੇ ਮਰਦੇ ਉਹ ਸ਼ਹਿਰਾਂ ਦੇ ਵਿੱਚ ਦੁਬਾਰਾ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਅਸੀਂ ਐਸੀ ਪਲਾਨਿੰਗ ਦੀ ਹੀ ਗੱਲ ਕਰ ਰਹੇ ਹੈਗੇ ਹਾਂ ਕਿ ਸਾਰੇ ਪਾਸੇ ਸ਼ਹਿਰ ਦੇ ਵਿੱਚ 25 ਨਾਕੇ ਹੈਗੇ ਆ ਇਹਦੇ ਉੱਤੇ ਸਰਵੇ ਵੀ ਹੋਇਆ ਪਿਆ ਹੈਗਾ ਇਹਦੇ ਉੱਤੇ ਫੀਲਡ ਵਰਕ ਹੋਇਆ ਪਿਆ ਪੂਰਾ
ये 25 इलाके के उत्ते जे ये पॉकेटा बनाईया जान उत्ते बूथ लगाए जान प्रोपर चंगे तरीके दे नाल ते जिहड़े उसी तरह के राखे हैगे है उसी तरह के राखे किसी कंपनी के थ्रू हायर करके इन्हां नूं कोई स्पैशल पावरां दे के सीसीटीवी कैमरे वगैरह लगा के उत्ते लगाए जान तां मतलब कि एक भी पशु शहर के विच वड़ जाए लेकिन ये सिर्फ फंड इकट्ठा करी जाते हैं करोड़ा रुपया तो उसनों खूह खाते पाई जाते बहुत वड्डी समस्या सर साढ़े आप दे बच्चे जो असी डेली स्कूल जाते हैं साइकिलों के उत्ते जाते उन्होंने बहुत बार समझा के भेजी है भी बेटा ट्रैफिक के नाल नाल एक वड्डी समस्या यह भी है भी जिथे थानू कोई पशुओं का झुंड दिखे तुसी आपका व्हीकल स्लो कर लियो तो बड़ा साइड तो होकर जाना है ये बहुत वड्डी समस्या है भजदे भजदे पशु आ जाते हैं लोगों खड़ियां कारां का नुकसान कर देंगे है लोगों का जानी नुकसान बहुत हो रहा है ये इसको गंभीरता नाल नहीं लिता जा रहा बड़े मजाकीय तरीके दे नाल या जिमें कोई आप कह दी भी जिमें एक घर की फ्रस्ट्रेशन होंदी है या कोई निजी फ्रस्ट्रेशन होंदी है उस तरह के सवालों के जवाब दे दे के जिहड़ा हैगा इसको टाइम टपाया जा रहा तो लोग ही है बस अपने आप सर्वाइव कर रहे हैं नगर निगम का कोई रोल नहीं दिख रहा सानू हरायपुर सरकार वालों गौशाला खोली गई थी बहुत ज्यादा जी बिल्कुल उही कह रहे हैं भी इतों पशुओं को फड़ते हैं उत्थे छड़ देंगे मैनेजमेंट नाम की कोई चीज़ नहीं हैगी है ना तो पकड़न लगे कोई मैनेजमेंट है ना जिथे छड़ के आते हैं उन्होंने रख रखाव लिए कोई मैनेजमेंट है जिहड़ी उत्थे एक टीम बनी सी जिन्होंने उहदा पोस्टमार्टम करके ते आपदी रिपोर्ट बनाई सी सिट बनी सी इहदे उत्ते भी इन्ने पशुओं की जिहड़ी डैथ क्यों हो रही है तो 5000 पशु जिहड़ा हैगा उहदा कारण उन्होंने साफ साफ लिख के दिता हैगा उस टीम ने वह सीनियर अधिकारियों ने उसकी रिपोर्ट की थी कि यह सिर्फ तो सिर्फ घट डाइट देने दे कारण ही जोड़े पशु हैगे है उत्ते मार दिते गए जे प्रोपर डाइट दी होंगी फंड पिया है करोड़ा रुपया काउसैस का इकट्ठा होंगे लेकिन इतों पशु फड़ के उत्ते बेजुबानों छड़ता वो बेचारे कि फोन करके दस सकते हैं या कोई उत्थे बह के कोई धरना दे सकते हैं तो वो बेचारे भुखे भाने तड़फ तड़फ के मर गए ये सरकारी रिपोर्ट है।